ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਐਗਜੈਕਟਿਵ ਦੀ ਮੀਟਿੰਗ ਦੇ ਵਿੱਚ ਆਉਂਦੇ ਸਾਲ ਦਾ ਜਿਹੜਾ ਪ੍ਰਪੋਜ਼ਡ ਬਜਟ ਆ ਉਹਦੀ ਸਾਬ ਕਮੇਟੀ ਜਿਹੜੀ ਬਣਾਈ ਸੀ ਉਹ ਸਾਬ ਕਮੇਟੀ ਨੇ ਆਪਣੀ ਰਿਪੋਰਟ ਸਬਮਿਟ ਕਰ ਦਿੱਤੀ ਆ ਅਤੇ 29 ਮਾਰਚ ਨੂੰ 1 ਵਜੇ ਜਿਹੜਾ ਜਨਰਲ ਬਜਟ ਅਜਲਾਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚੇ ਤੌਰ 'ਤੇ ਜਿਹਦੇ ਵਿੱਚ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਨਰਲ ਬੋਰਡ ਫੰਡ, ਟਰੱਸਟ ਅਤੇ ਪ੍ਰੈਸਾਂ ਆਦਿ ਦਾ ਸਾਰਾ ਜਿਹੜਾ ਆ ਉਹ ਬਜਟ ਜਿਹੜਾ 29 ਤਰੀਕ ਨੂੰ ਜਨਰਲ ਹਾਊਸ 'ਚ ਪੇਸ਼ ਹੋਊਗਾ। ਦੂਸਰਾ, ਜਿੰਨੇ ਮੁਲਾਜ਼ਮ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇਹਨਾਂ ਨੂੰ 3% ਜਿਹੜਾ ਮਹਿੰਗਾਈ ਭੱਤਾ ਉਹਦਾ ਵੀ ਅੱਜ ਫੈਸਲਾ ਹੋਇਆ, ਇਹਨਾਂ ਨੂੰ ਦਿੱਤਾ ਜਾਊਗਾ। ਇਹ ਤੋਂ ਇਲਾਵਾ ਇੱਕ ਬਹੁਤ ਪਿਛਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤਾ ਕਿ ਵਿਦੇਸ਼ਾਂ ਦੀ ਰੁਚੀ ਘਟਾਉਣ ਲਈ ਅਤੇ ਸਿੱਖੀ ਚਿਹਰੇ ਪ੍ਰਗਟ ਕਰਨ ਲਈ IAS ਅਤੇ IPS ਦੀ ਅਕੈਡਮੀ ਜਿਹੜੀ ਉਹ ਸਫਲਤਾਪੂਰਵਕ ਨੇਚੇ ਅਕੈਡਮੀ ਉਹ ਚੰਡੀਗੜ੍ਹ ਵਿਖੇ ਚੱਲ ਰਹੀ ਆ, ਜਿਹਦੇ ਵਿੱਚ ਬੱਚੇ, ਮੈਂ ਵੀ ਗਾਹੇ ਵਗਾਹੇ ਜਾਂਦਾ ਰਹਿੰਦਾ, ਮਿਹਨਤ ਵੀ ਕਰ ਰਹੇ ਆ ਅਤੇ ਖੁਸ਼ ਵੀ ਆ ਕਿ ਸਾਨੂੰ ਲੱਖਾਂ ਰੁਪਈਏ ਲਾ ਕੇ ਪ੍ਰਾਈਵੇਟ ਅਕੈਡਮੀਆਂ ਦੇ ਵਿੱਚ ਜਾਣਾ ਪੈਂਦਾ ਸੀ। ਉਹ ਆਪਣੀਆਂ ਸਫਲਤਾਪੂਰਵਕ, ਉਹਨਾਂ ਦਾ ਸਾਲ ਪੂਰਾ ਹੋ ਜਾਣਾ ਅਪ੍ਰੈਲ 'ਚ, ਪ੍ਰਿਲਿਮਨਰੀ ਟੈਸਟ ਵੀ ਜਦ ਤੱਕ ਹੋ ਜਾਣਾ, ਉਹ ਉੱਥੇ ਚਾਲੂ ਕੀਤੀ ਸੀ। ਮੇਰਾ ਆਪਣੇ ਤੌਰ 'ਤੇ ਹੁੰਦਾ ਵੀ ਕੋਈ ਵੀ ਚੀਜ਼ ਅਨਾਊਂਸ ਨਾ ਕਰੀਏ, ਲਾਂਚ ਜਦੋਂ ਹੋ ਜਾਏ ਉਦੋਂ ਹੀ ਉਹਦੇ ਬਾਰੇ ਕੋਈ ਖਬਰ ਦਿੱਤੀ ਜਾਵੇ। ਹੁਣ ਅਸੀਂ ਇਸ ਸਾਲ ਜੁਲਾਈ ਦੇ ਵਿੱਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਬਹਾਦਰਗੜ੍ਹ ਪਟਿਆਲੇ ਵਿਖੇ ਜਿਹੜਾ ਉਹਦੇ ਵਿੱਚ ਅਸੀਂ 40 ਬੱਚੇ PCS ਜੁਡੀਸ਼ਰੀ ਦੇ, ਉਹਨਾਂ ਨੂੰ ਅਸੀਂ ਕਰਟੀਰੀਆ ਸਾਡਾ ਉਹੋ ਹੀ ਆ ਵੀ ਵਿਦਵਾਨ ਜਿਹੜੇ ਸੱਜਣ ਜਿਹੜੇ ਉਹਨਾਂ ਨਾਲ ਸੰਬੰਧਿਤ ਆ, ਉਹ 'ਚ ਰਿਟਾਇਰਡ ਸੈਸ਼ਨ ਜੱਜ ਔਰ ਉਹਦੇ ਵਿੱਚ ਰਿਟਾਇਰਡ IAS ਔਫਿਸਰ, ਹੋਰ ਜਿਹੜੇ ਚੰਗੇ ਵਿਦਵਾਨ ਅਤੇ ਪੜ੍ਹੇ ਲਿਖੇ, ਉਹਨਾਂ ਦੀ ਉਹ ਸਬ ਕਮੇਟੀ ਬਣਾਈ ਆ। ਉਹ ਸਬ ਕਮੇਟੀ ਸਾਰੀ ਚੋਣ ਕਰੂਗੀ। ਉੱਥੇ ਸਾਡੇ ਕੋਲ ਜਿੰਨੀ ਕੁ ਵਿਵਸਥਾ ਹੈਗੀ ਹੁਣ ਤੱਕ, ਉਹ ਵਿਵਸਥਾ ਮੁਤਾਬਕ ਅਸੀਂ ਨਵੀਂ ਨਾਲ ਇੱਕ ਬਿਲਡਿੰਗ ਵੀ ਬਣਾਉਣ ਜਾ ਰਹੇ ਹਾਂ। ਜਿਹੜੇ ਮੇਲ ਮੈਂਬਰ ਹੋਣਗੇ ਉਹਨਾਂ ਲਈ ਸਾਡੇ ਕੋਲ ਹੈਗਾ ਔਲਰੇਡੀ ਉੱਥੇ ਹੋਸਟਲ, ਮੈਸ ਵੀ ਸਾਡੇ ਕੋਲ ਔਲਰੇਡੀ ਉੱਥੇ ਚੱਲ ਰਹੀ ਆ। ਅਤੇ ਦੂਸਰੇ, ਅਸੀਂ ਉਹ ਬੱਚਿਆਂ ਲਈ 15 ਕਮਰੇ ਬੇਟੀਆਂ ਲਈ, ਉਹ ਨਾਲ ਸਾਡੇ ਉਸੇ ਕੰਪਲੈਕਸ ਦਾ ਹਿੱਸਾ ਆ, ਉਹ ਅਸੀਂ ਤਿਆਰ ਕਰਕੇ ਅਤੇ ਉਹ ਇਸ ਸਾਲ ਸ਼ੁਰੂ ਕਰ ਦੇਣੀ ਆ, ਜਿਹਦੀ 1 ਜੁਲਾਈ ਦੇ ਵਿੱਚ ਬੱਚਿਆਂ ਦੀ ਚੋਣ ਕਰਕੇ ਸ਼ੁਰੂਆਤ ਕਰ ਦਿੱਤੀ ਜਾਊਗੀ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂਟਿਊਬ ਚੈਨਲ ਦਮਦਮਾ ਸਾਹਿਬ ਵਿਖੇ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਆ ਉਹ ਵੀ ਚਾਲੂ ਕਰਨ ਦਾ ਅੱਜ ਫੈਸਲਾ ਇੱਥੇ ਹੋਇਆ। ਉਹ ਤੋਂ ਇਲਾਵਾ ਜਿਹੜੇ ਕਿਸਾਨ ਬੈਠੇ ਆ ਬਾਰਡਰ ਦੇ ਉੱਤੇ, ਉਹਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦਾ ਅਤੇ ਮੈਡੀਕਲ ਫੈਸਿਲਿਟੀਜ਼ ਦਾ
ਆਲਰੇਡੀ ਸਾਡਾ ਚੱਲਦਾ ਉੱਥੇ ਪ੍ਰਬੰਧ ਸਾਰਾ, ਪਰ ਅੱਜ ਅਚੇਚੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਇਕੱਤਰਤਾ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਖੜ੍ਹਨ ਦੀ ਵਚਨਬੱਧਤਾ ਦੁਹਰਾਉਂਦੀ ਹੈ ਅਤੇ ਕੇਂਦਰ ਪਾਸੋਂ ਇਹ ਮੰਗ ਕਰਦੀ ਹੈ ਕਿ ਕਿਸਾਨਾਂ ਨਾਲ ਬੇਗਾਨਗੀ ਵਾਲਾ ਵਿਹਾਰ ਬੰਦ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਤੁਰੰਤ ਮੰਨੀਆਂ ਜਾਣ। ਉਹ ਤੋਂ ਇਲਾਵਾ ਇੱਕ ਬੜਾ, ਕਿਉਂਕਿ ਛੰਭ ਦੇ ਜੰਮਿਆਂ ਨੂੰ ਕਹਿੰਦੇ ਨਿਤ ਮਹਿਮਾ, ਕਿਉਂਕਿ ਸਾਡੇ ਨਾਲ ਕਈ ਵਾਰੀ ਇਨਸਾਫ ਲੈਣ ਲਈ ਵੀ ਸਾਨੂੰ ਸਾਲਾਂ ਬੱਧੀ ਸੰਘਰਸ਼ ਕਰਨਾ ਪੈਂਦਾ, ਜਿੱਥੇ ਅਸੀਂ ਬੰਦੀ ਸਿੰਘਾਂ ਲਈ ਭਾਈ ਬਲਵੰਤ ਸਿੰਘ ਰਾਜੂਵਾਣੀ ਦੀ ਉਹ 5 ਮੈਂਬਰੀ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ, ਉਹ ਕਮੇਟੀ ਜੱਦੋਜਹਿਦ ਕਰ ਰਹੀ ਆ, ਪਰ ਸਮਾਂ ਜਿਹੜਾ ਉਹ ਸਾਨੂੰ ਵਿੱਚ ਇੱਕ ਸਮਾਂ ਮਿਲਿਆ ਵੀ ਸੀ ਪਰ ਉਹ ਗਾਂਹ ਸਮੇਂ ਦੀ ਅਸੀਂ ਅੜੀਕ ਦੇ ਵਿੱਚ ਹਾਂ। ਹੁਣ ਇੱਕ ਜਿਹੜਾ ਅਣਮਨੁੱਖੀ ਕੰਮ, ਅਣਮਨੁੱਖੀ ਮੈਂ ਇਸ ਕਰਕੇ ਕਹਿੰਦਾ, ਹਿਊਮਨ ਰਾਈਟਸ ਦੀ ਜਿਹੜੇ ਵਾਇਓਲੇਸ਼ਨ ਹੁੰਦੀ ਆ ਉਹ ਕੁਛ ਤਾਂ ਟੋਰਚਰ ਕਰਨਾ ਹੁੰਦਾ, ਇੱਕ ਮੈਂਟਲ ਟੋਰਚਰ ਹੁੰਦਾ। ਉਹ ਮੈਂਟਲ ਟੋਰਚਰ ਕੀ ਆ ਵੀ ਡਿਬਰੂਗੜ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਹਦੇ ਸਾਥੀ ਉੱਥੇ NSA ਦੇ ਵਿੱਚ ਨਜ਼ਰ ਬੰਦ ਆ, ਅਤੇ ਉਹ ਅਣਮਨੁੱਖੀ ਗੱਲ ਇਹ ਆ ਕਿ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਸਰਕਾਰ ਨੇ ਲਾ ਦਿੱਤੇ ਆ। ਇਹਦੀ ਵੀ ਅਸੀਂ ਘੋਰ ਨਿੰਦਾ ਕਰਦੇ ਹਾਂ ਅਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਉਹ ਸਾਰੇ ਕੁਛ ਛੁੱਟਣੇ ਨੇ, ਰਿਹਾਈ ਨਹੀਂ ਹੋਣੀ ਉਹਨਾਂ ਦੀ। ਉਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਹਾਈ ਸਕਿਉਰਿਟੀ ਜੇਲ੍ਹਾਂ ਹੈਗੀਆਂ ਆ, ਉੱਥੇ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਤਾਂ ਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਪਲੱਸ ਉਹਨਾਂ ਦੀ, ਕਿਉਂਕਿ ਲੰਬੇ ਦਿਨਾਂ ਦੇ ਉਹ ਵੀ ਹੜਤਾਲ ਭੁੱਖ ਹੜਤਾਲ 'ਤੇ ਬੈਠੇ ਆ, ਅਤੇ ਜੇ ਭੁੱਖ ਹੜਤਾਲ 'ਚ ਕਿਸੇ ਸਰੀਰ ਦਾ ਕੋਈ ਨੁਕਸਾਨ ਹੋ ਜਾਂਦਾ ਤਾਂ ਉਹ ਪੰਜਾਬ ਸਰਕਾਰ ਸਿੱਧੇ ਤੌਰ 'ਤੇ ਉਹਦੇ ਲਈ ਜ਼ਿੰਮੇਵਾਰ ਹੋਊਗੀ, ਕਿਉਂਕਿ ਇਹ ਕੋਈ ਗੱਲ ਔਖੀ ਨਹੀਂ, ਸਿਰਫ ਜੇਲ੍ਹ ਦੀ ਤਬਦੀਲੀ ਹੋਈ ਹੋਣੀ ਆ। ਅਤੇ ਆਪਾਂ ਇੱਥੇ ਦੇਖਦੇ ਹਾਂ ਵੀ ਇੱਥੇ ਵੀ ਕਿਹੜੇ ਕਿਹੜੇ ਹਾਈ ਸਕਿਉਰਿਟੀ ਜੇਲ੍ਹਸ ਹੈਗੀਆਂ ਸਾਡੀਆਂ। ਉਹ ਤੋਂ ਨਾਲ ਇੱਥੇ ਕੁਛ ਪਰਿਵਾਰ ਬਾਹਰ ਉਹਨਾਂ ਦੇ ਜਿਹੜੇ ਆ ਉਹ ਵੀ ਬੈਠੇ ਆ, ਉਹ ਵੀ ਭੁੱਖ ਹੜਤਾਲ ਨਹੀਂ ਨਾਲ ਕੀਤੀ, ਉਹ ਬੱਚੇ ਜਦ ਭੁੱਖੇ ਬੈਠੇ ਤਾਂ ਅਸੀਂ ਵੀ ਭੁੱਖ ਹੜਤਾਲ ਕੀਤੀ ਆ। ਸੋ ਪ੍ਰਸ਼ਾਸਨ ਜਿਹੜਾ ਸਰਕਾਰ ਪੰਜਾਬ ਚੇਚੇ ਤੌਰ 'ਤੇ ਇਹ ਕਿਸੇ ਮਸਲੇ 'ਤੇ ਕਦੇ ਗੰਭੀਰ ਹੀ ਨਹੀਂ ਹੋਈ। ਔਰ ਜਿਵੇਂ ਅੱਜ ਹਾਲਾਤ ਚੱਲ ਰਹੇ ਖਾਸ ਕਰਕੇ ਸਿੱਖ ਮਸਲਿਆਂ ਦੇ ਵਿੱਚ, ਇਹ ਜੇ ਇਹਨਾਂ ਦੀ ਤੁਰੰਤ ਕੋਈ ਨਾ ਚਾਰਾ ਜੋਰੀ ਇਹਨਾਂ ਨੇ ਕੀਤੀ ਫਿਰ ਕਈ ਵਾਰੀ ਸੰਘਰਸ਼ ਤਿੱਖੇ ਵੀ ਹੋ ਜਾਂਦੇ ਆ। ਸੋ ਪੰਜਾਬ ਸਰਕਾਰ ਤੋਂ ਮੈਂ ਇਹ ਵੀ ਮੰਗ ਕਰਦਾ ਕਿ ਹਰ ਇੱਕ ਗੱਲ ਨੂੰ ਕੈਜੂਅਲ ਵੇ 'ਚ ਨਾ ਲਓ। ਆਹ ਬੜੇ ਵੱਡੇ ਸੈਂਟਰ ਦੀ ਸਰਕਾਰ 'ਤੇ ਵੀ ਸਾਨੂੰ ਬੜਾ ਵੱਡਾ ਇੱਕ ਗਿਲਾ ਆ ਕਿ ਜਿਹੜੇ 3 ਸਿੰਘ ਸੀਗੇ, ਭਾਈ ਬਲਵੰਤ ਸਿੰਘ ਰਾਜੂਵਾਣਾ ਤਾਂ ਬਾਹਰ ਵੀ ਨਹੀਂ ਸੀ ਆਉਣਾ, ਉਹਦੀ ਤਾਂ ਲਾਈਫ ਇੰਪ੍ਰਿਜਨਮੈਂਟ ਕਰਨੀ ਸੀ, ਅਤੇ ਭਾਈ ਦਵਿੰਦਰਪਾਲ ਭੁੱਲਰ ਅਤੇ ਉਹਨਾਂ ਦੇ ਨਾਲ ਗੁਰਦੀਪ ਸਿੰਘ ਖਹਿੜਾ, ਉਹ ਸਾਰਿਆਂ ਦੀ ਦੋਵਾਂ ਦੀ ਰਿਹਾਈ ਹੋਣੀ ਸੀ ਅਤੇ ਇੱਕ ਦੀ, ਭਾਈ ਰਾਜੂਵਾਣਾ ਸਾਹਿਬ ਦੀ ਜਿਹੜੀ ਉਹ ਫਾਂਸੀ ਦੀ ਸਜ਼ਾ ਮਾਫ਼ ਹੋਣੀ ਸੀ, ਅਤੇ ਇਹ ਅਸੀਂ ਨਹੀਂ ਕੀਤੀ, ਇਹ ਇਹਨਾਂ ਨੇ ਕੀਤੀ ਉਹ ਆ। ਅਤੇ ਪਤਾ ਨਹੀਂ 19 ਤੋਂ ਲੈ ਕੇ 5 ਸਾਲ ਹੋ ਗਏ, ਆਹ 2 ਸਾਲ ਤਾਂ ਸਾਨੂੰ ਵੀ ਲਗਾਤਾਰ ਹੀ ਸੰਘਰਸ਼ ਕਰਦਿਆਂ ਨੂੰ ਹੋ ਗਏ, ਅਤੇ ਉਹ ਉਹਦੇ ਪਿੱਛੇ ਕੀ ਹੈਗਾ ਰਾਜ ਪਏ ਉਹਦੇ ਬਾਰੇ ਕੋਈ ਨਾ ਹਾਂ ਨਾ ਨਾ। ਇਹ ਮੈਂ ਸਮਝਦਾ ਪਿਛਲੇ ਦਿਨੀ ਪਾਰਲੀਮੈਂਟ 'ਚ ਭਾਵੇਂ ਮਸਲਾ ਆਇਆ ਸੀ, ਪਰ ਇੱਕ ਗੱਲ ਸੋਚ ਰੱਖਣੀ ਚਾਹੀਦੀ ਕਿ ਭਾਈ ਬਲਵੰਤ ਸਿੰਘ ਰਾਜੂਵਾਣਾ ਵੀ ਸੁਪਰੀਮ ਕੋਰਟ ਦੇ ਵਿੱਚ ਕਾਨੂੰਨ ਦੇ ਤਹਿਤ ਗਿਆ ਸੀ,
ਉਹ ਇਸ ਮੁਲਕ ਦੇ ਕਾਨੂੰਨ ਦੇ ਤਹਿਤ ਹੀ ਉੱਥੇ ਪਟੀਸ਼ਨ ਉਹਦੀ ਪਈ ਸੀ ਅਤੇ ਉਹਦੀ ਅਸੀਂ ਮੁਲਾਕਾਤ ਵੀ ਕੀਤੀ। ਉਹ ਕਹਿੰਦੇ ਮੈਂ ਜੇਲ੍ਹ ਵੀ ਤਾਂ ਇੱਕ ਕਾਨੂੰਨ ਦੇ ਤਹਿਤ ਹੀ ਕੱਟ ਰਿਹਾ। ਸੋ ਪਤਾ ਨਹੀਂ ਕਿਹੜੀਆਂ ਕਿਹੜੀਆਂ ਆਪਾਂ ਅਗਨੀ ਪ੍ਰੀਖਿਆ ਲੈਣੀਆਂ ਹੁੰਦੀਆਂ ਕਿਸੇ ਦੀਆਂ। ਸੋ ਇਹਨਾਂ ਸਾਰਿਆਂ ਨੂੰ ਇਨਸਾਫ ਦੇਣਾ ਚਾਹੀਦਾ। ਅਤੇ ਅਸੀਂ ਅੱਜ 5 ਵਜੇ ਗਵਰਨਰ ਸਾਹਿਬ ਨੇ ਵੀ ਸਾਨੂੰ ਸਮਾਂ ਦਿੱਤਾ ਥੋੜ੍ਹਾ ਜਿਹਾ, ਉਹਦੇ ਵਿੱਚ ਅਸੀਂ ਕੁਛ ਮਸਲੇ ਆ ਜਿਹੜੇ ਸਾਡੇ ਗੰਭੀਰ 2-3 ਉਹ ਬੈਠ ਕੇ ਉਹਨਾਂ ਦੇ ਨਾਲ ਡਿਸਕਸ ਕਰਾਂਗੇ। ਸੋ ਤੁਹਾਨੂੰ ਸਮਾਂ ਤਾਂ ਥੋੜ੍ਹਾ ਦਿੱਤਾ ਕਿਉਂਕਿ ਅਸੀਂ ਇੱਥੋਂ ਨਿਕਲਣਾ ਵੀ ਆ, 3 ਘੰਟੇ ਜਾਣ ਨੂੰ ਲੱਗਣੇ ਆ। ਸੋ ਮੈਂ ਪੰਜਾਬ ਸਰਕਾਰ ਤੋਂ ਉਚੇਚੇ ਤੌਰ 'ਤੇ ਜਿਹੜੇ ਕਿਸਾਨ ਬੈਠੇ ਉੱਥੇ, ਉਹ ਵਿਚੋਲੇ ਤਾਂ ਬਣ ਗਏ ਪਰ ਵਿਚੋਲੇ ਕਈ ਵਾਰੀ ਬਣ ਕੇ ਨਿਕਲਿਆ ਕੱਖ ਨਹੀਂ, ਅਤੇ ਉਹ ਵਿਚਾਰੇ ਉੱਥੇ ਮੈਂ ਜਾ ਕੇ ਵੀ ਆਇਆ, ਆਹ ਠੰਡ ਦੇ ਦਿਨ ਚਲੋ ਹੁਣ ਨਿਕਲ ਗਏ, ਅਤੇ ਉੱਥੇ ਇੱਦਾਂ ਲੱਗਦਾ ਵੀ ਜਿੱਦਾਂ ਇੱਕ ਮੁਲਕ ਇੱਕ ਪਾਸੇ ਬੈਠਾ, ਦੂਆ ਮੁਲਕ ਦੂਏ ਪਾਸੇ ਬੈਠਾ। ਸੋ ਸੈਂਟਰ ਦੀ ਸਰਕਾਰ ਵੀ ਤੁਰੰਤ ਇਲੈਕਸ਼ਨ ਆ ਜਾਣੀ ਆ, ਇਹਨਾਂ ਕਿਸਾਨੀ ਮੁੱਦਿਆਂ ਨੂੰ ਚੱਕੇ, ਇਹਨਾਂ ਦਾ ਜਿਹੜਾ ਵੱਡਾ ਇਹ ਰਾਹਤ ਕੋਈ ਨਾ ਕੋਈ ਦੇਣੀ ਚਾਹੀਦੀ, ਕਿਉਂਕਿ ਕਿਸਾਨੀ ਜੇ ਪੰਜਾਬ 'ਚ ਕਲੈਪਸ ਕਰ ਗਈ ਜਾਂ ਹਰਿਆਣੇ 'ਚ ਕਲੈਪਸ ਕਰ ਗਈ ਤਾਂ ਫਿਰ ਭਾਵੇਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ, ਉਹ ਵੀ ਪੰਜਾਬੀ ਉੱਥੇ ਬੈਠੇ ਆ, ਅਤੇ ਫਿਰ ਆਰਥਿਕ ਪੱਖੋਂ ਵੀ ਅਤੇ ਦੂਸਰੇ ਤੌਰ 'ਤੇ ਭੁੱਖਮਰੀ ਦਾ ਵੀ ਸ਼ਿਕਾਰ ਹੋ ਜਾਵਾਂਗੇ। ਸੋ ਇੰਨੀ ਕੁ ਬੇਨਤੀ ਕਰਕੇ ਮੈਂ ਪਾਕਿਸਤਾਨ ਦੇ ਵਿੱਚ ਅੱਜ ਸਰਦਾਰ ਰਮੇਸ਼ ਸਿੰਘ ਜਿਹੜੇ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਆ, ਅਤੇ ਸਤਵੰਤ ਕੌਰ ਜਿਹੜੀ ਉਹ ਜਨਰਲ ਸਕੱਤਰ ਬਣੀ, ਉਹਨਾਂ ਦੋਵਾਂ ਨੂੰ ਵੀ ਵਧਾਈ ਦਿੰਦਾ। ਅਤੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਗੁਰੂ ਘਰਾਂ ਦੇ ਪ੍ਰਬੰਧ ਗੁਰਮਤ ਅਨੁਕੂਲ ਚਲਾਉਣੇ ਚਾਹੀਦੇ ਆ। ਬੜੀਆਂ ਜਾਇਦਾਦਾਂ ਉੱਥੇ ਦੇ ਗੁਰਦੁਆਰੇ ਸਾਹਿਬਾਂ ਦੀਆਂ, ਅਤੇ ਜੇਲੇ ਕੋਈ ਸੇਵਾ ਦਾ ਮੌਕਾ ਮਿਲਦਾ ਫਿਰ ਸੇਵਾ ਵਧੀਆ ਢੰਗ ਨਾਲ ਨਿਭਾ ਕੇ ਜਾਣੀ ਚਾਹੀਦੀ। ਉਹਨਾਂ ਤੋਂ ਆਸ ਵੀ ਰੱਖਦਾ ਕਿ ਵਧੀਆ ਢੰਗ ਸੇਵਾ ਉਹ ਨਿਭਾਉਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮਹਿੰਗਾਈ ਵੱਧਦੀ ਪਈ ਹੈ, ਮੁਲਾਜ਼ਮਾਂ ਨੂੰ 3% ਆਪਾਂ ਮਹਿੰਗਾਈ ਭੱਤਾ ਦਿੰਦੇ ਆ, ਪਹਿਲਾਂ 4-6% ਲਾਇਆ ਜਾਂਦਾ ਸੀ, ਹਾਲੇ ਪਿਛਲੇ ਸਾਲ ਵੀ ਲਾਇਆ ਚੇਤਾ ਹੁਣ, ਪਿਛਲੇ ਸਾਲ ਵੀ ਲਾਇਆ, ਪਰ ਸੰਸਥਾਵਾਂ ਜਿਹੜੀਆਂ ਆ ਦੇਖੋ, ਔਰ ਇਸ ਕਰਕੇ ਮੈਂ ਕਿਉਂਕਿ 19 ਦੇ ਵਿੱਚ ਜਦੋਂ ਇੱਥੇ ਆਇਆ ਸੀ, ਕੁਛ ਗੱਲਾਂ ਤੁਹਾਨੂੰ ਸ਼ਾਇਦ ਧਿਆਨ 'ਚ ਨਹੀਂ, ਇੱਥੇ ਇਹ 22 ਲਾਅ ਜਿਹੜੇ ਸੀਗੇ ਸਾਰੇ ਅਮੈਂਡ ਹੋਏ। ਜਿਹੜਾ 1900 ਗ੍ਰੇਡ 'ਚ ਸੀ ਉਹ 3800 ਚਲਿਆ ਗਿਆ, 3800 ਵਾਲਾ 7600 ਚਲੇ ਗਿਆ, 7600 ਵਾਲਾ ਗਾਹਾਂ 14200 'ਚ ਚਲਿਆ ਗਿਆ, ਉਹ ਉਦੋਂ 19 'ਚ ਲਾਗੂ ਹੋਏ ਸੀ। ਹੁਣ ਉਹਦਾ ਹੁੰਦਾ ਕੀ ਆ ਵੀ ਜਿਹੜਾ 3800 ਬੇਸਿਕ 'ਚ ਗਿਆ ਉਹਦਾ 12-12 24% ਦਾ PF ਚਲੇ ਗਿਆ, ਉਹਦੀ ਫਿਰ ਗਰੈਚੁਟੀ ਕਿੰਨੀ ਵੱਧ ਗਈ। ਇਹ ਕਿਉਂਕਿ ਸਾਡੇ ਪ੍ਰਬੰਧ ਦੀ ਗੱਲ ਆ, ਇਹਨੂੰ ਵੀ ਆਪਾਂ ਇੰਨਾ ਲਾਈਟਲੀ ਨਾ ਲਿਆ ਕਰੀਏ ਗੱਲ। ਇਹ ਸਾਡਾ ਟੱਬਰ ਆ, ਇਹ ਸਾਡਾ ਪਰਿਵਾਰ ਆ, ਅਤੇ ਪਰਿਵਾਰ ਦੇ ਵਿੱਚ ਐਗਜੈਕਟਿਵ ਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਹੋਇਆ, ਹਾਲੇ ਕੋਈ ਗੱਲ ਨਹੀਂ ਸਾਲ ਪਿਆ ਫਿਰ ਹੋਰ ਵਿਚਾਰ ਕਰ ਲਾਂਗੇ, ਹਾਲੇ ਪਿਛਲੇ ਸਾਲ ਵੀ। ਉਹ ਮੈਂ ਹੁਣ ਉੱਥੇ ਚੰਡੀਗੜ੍ਹ ਜਾ ਕੇ ਪਟਾਰੀ ਖੋਲੂਗਾ। ਨਹੀਂ ਵਿਸ਼ੇਸ਼ 3% ਨਹੀਂ, ਸਾਰਿਆਂ ਨੂੰ ਲਾਤਾ, ਜਿਹੜਾ 300 ਆ ਗਿਆ 300 ਤੋਂ ਉਹਨੂੰ ਚਲਿਆ ਗਿਆ 3 ਲੱਖ ਹਜ਼ਾਰ ਵਾਲੇ ਨੂੰ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।